ਜਿਹੜੇ ਅਸੀਂ ਬ੍ਰੇਨ ਡੈੱਡ ਪੇਸ਼ੈਂਟ ਦਾ ਜਿਹੜਾ ਦਿਮਾਗ ਤੋਂ ਬੰਦਾ ਮਰ ਜਾਂਦਾ ਹਾਰਟ ਚੱਲ ਰਿਹਾ ਹੁੰਦਾ ਜਿਵੇਂ ਐਕਸੀਡੈਂਟ ਦੇ ਕਈ ਵਿਕਟਮ ਨੇ ਤੁਸੀਂ ਸਾਊਥ ਦੀਆਂ ਵੀ ਕਹਾਣੀਆਂ ਸੁਣੀਆਂ ਲੋਕ ਦਿਲ ਡੋਨੇਟ ਕਰ ਦਿੰਦੇ ਨੇ ਲੋਕ ਕਿਡਨੀ ਡੋਨੇਟ ਕਰਦੇ ਨੇ ਤਾਂ ਉਹਨਾਂ ਦੇ ਪਹਿਲਾਂ ਟੈਸਟ ਕੀਤੇ ਜਾਂਦੇ ਵੀ ਉਹਨਾਂ ਨੂੰ ਕੋਈ ਇਨਫੈਕਸ਼ਨ ਜਾਂ ਬਿਮਾਰੀ ਨਹੀਂ ਹੈ ਜਿਸ ਮਰੀਜ਼ ਦੇ ਵਿੱਚ ਵਾਇਰਸ ਦੀ ਇਨਫੈਕਸ਼ਨ ਹੈ ਔਰ ਉਹਦੇ ਟੈਸਟ 'ਚ ਪ੍ਰੂਵ ਹੋ ਗਈ ਔਰ ਹਸਪਤਾਲ ਦਾਖਲ ਹੈ ਉਹਦੇ ਨਾਲ ਉਹਦੀ ਜੇ ਡੈਥ ਵੀ ਹੁੰਦੀ ਹੈ ਤਾਂ ਉਹਦੇ ਅੰਗ ਕੱਢ ਕੇ ਕਿਸੇ ਹੋਰ ਦੇ ਨਹੀਂ ਪਾਏ ਜਾ ਸਕਦੇ। ਕਰੋਨਾ ਮਹਾਮਾਰੀ ਨੇ ਜਿੱਥੇ ਪੂਰੇ ਸੰਸਾਰ ਨੂੰ ਆਪਣੀ ਜਕੜ ਦੇ ਵਿੱਚ ਲੈ ਲਿਆ ਉੱਥੇ ਹੀ ਸਾਡੇ ਦੇਸ਼ ਅੰਦਰ ਕਈ ਤਰ੍ਹਾਂ ਦੀਆਂ ਅਫਵਾਹਾਂ ਵੀ ਫੈਲ ਰਹੀਆਂ ਹਨ। ਉਹਨਾਂ ਅਫਵਾਹਾਂ ਦੀ ਕੀ ਸੱਚਾਈ ਹੈ, ਕਿਉਂ ਅਫਵਾਹਾਂ ਫੈਲਦੀਆਂ ਨੇ, ਸਾਡੇ ਨਾਲ ਗੱਲਬਾਤ ਕਰਨ ਲਈ DMC ਦੇ ਸੀਨੀਅਰ ਡਾਕਟਰ ਡਾਕਟਰ ਹਰਪਾਲ ਸਿੰਘ ਜੀ ਸਾਡੇ ਨਾਲ ਮੌਜੂਦ ਨੇ। ਡਾਕਟਰ ਸਾਹਿਬ, ਕਰੋਨਾ ਮਹਾਮਾਰੀ ਦੀ ਇੱਕ ਸਭ ਤੋਂ ਵੱਡੀ ਅਫਵਾਹ ਫੈਲ ਰਹੀ ਹੈ ਕਿ ਅੰਗ ਕੱਢ ਕੇ ਮਰੀਜ਼ਾਂ ਦੇ ਵੇਚੇ ਜਾ ਰਹੇ ਨੇ, ਕਿੰਨੀ ਕੁ ਸੱਚਾਈ ਹੈ ਇਹਦੇ ਵਿੱਚ ਅਤੇ ਕਿਉਂ ਇਹ ਅਫਵਾਹ ਫੈਲ? ਇਹਦੀ ਜੀ ਸੱਚਾਈ ਬਾਰੇ ਤਾਂ ਮੈਂ ਬਾਅਦ ਵਿੱਚ ਗੱਲ ਕਰਾਂਗਾ, ਪਹਿਲਾਂ ਤਾਂ ਇਹ ਇੱਕ ਬਹੁਤ ਹੀ ਗੰਦੀ ਸਾਜਿਸ਼ ਰਚੀ ਗਈ ਹੈ ਜਿਹੜੀ ਸਾਡੀ ਹੈਲਥ ਕੇਅਰ ਫੈਸਿਲਿਟੀ ਦੇ ਅਗੇਂਸਟ ਹੈ, ਸਾਡੀ ਜਨਤਾ ਦੇ ਅਗੇਂਸਟ ਹੈ ਔਰ ਸਾਡੀ ਸਰਕਾਰ ਦੇ ਵੀ ਅਗੇਂਸਟ ਚੱਲ ਰਹੀ ਹੈ। ਇਹਦੇ 'ਚ ਇੱਕ ਤਾਂ ਅਸੀਂ ਮਹਾਂਮਾਰੀ ਦੇ ਮਾਰ ਤੋਂ ਮਾਰੇ ਪਏ ਹਾਂ, ਆਪਾਂ ਸਾਰੇ ਪੰਜਾਬ ਦੇ ਵਿੱਚ ਜਨਤਾ ਬਿਮਾਰ ਹੋ ਰਹੀ ਹੈ, ਜਾਨਾਂ ਦਾ ਨੁਕਸਾਨ ਹੋ ਰਿਹਾ ਔਰ ਇਹੋ ਜਿਹੀ ਅਫਵਾਹਾਂ ਫੈਲਾ ਕੇ ਲੋਕਾਂ ਨੂੰ ਇੰਨਾ ਡਰਾਇਆ ਜਾ ਰਿਹਾ ਵੀ ਲੋਕ ਹਸਪਤਾਲ ਨਾ ਜਾਣ, ਲੋਕ ਆਪਦਾ ਇਲਾਜ ਨਾ ਕਰਾਉਣ, ਲੋਕ ਆਪਦਾ ਟੈਸਟ ਨਾ ਕਰਾਉਣ ਔਰ ਇਹ ਸਾਰੇ ਪਿੱਛੇ ਕੁਛ ਬੰਦੇ ਸੀ ਇਨਵੋਲਵ ਸੀ ਜਿਨ੍ਹਾਂ ਦਾ ਪਤਾ ਵੀ ਲੱਗ ਗਿਆ, ਕੁਛ CM ਸਾਹਿਬ ਨੇ ਇੰਟਰਸਟ ਲੈ ਕੇ ਉਹਨਾਂ ਨੂੰ ਅਰੈਸਟ ਵੀ ਕਰਵਾਇਆ ਹੈ, ਉਹਨਾਂ 'ਤੇ ਪਰਚੇ ਵੀ ਦਰਜ ਹੋਏ ਨੇ। ਇਹਦੇ 'ਚ ਬਿਲਕੁਲ ਕੋਈ ਸੱਚਾਈ ਨਹੀਂ ਹੈ ਕਿਉਂਕਿ ਇਹ ਬਹੁਤ ਗੱਲਾਂ ਕਰੀਆਂ ਜਾਂਦੀਆਂ ਨੇ ਵੀ ਜੀ ਅੰਗ ਕੱਢ ਲਏ ਜਾਂਦੇ ਨੇ। ਅੰਗ ਕੱਢਣ ਦਾ ਅਤੇ ਵਾਪਸ ਕਿਸੇ ਹੋਰ 'ਚ ਪਾਉਣ ਦਾ ਇੱਕ ਬਹੁਤ ਹੀ ਵੱਡਾ ਓਪਰੇਸ਼ਨ ਹੈ, ਜਿਹੜੀ ਫੈਸਿਲਿਟੀ, ਜਿਹਦੀ ਇਨਫਰਾਸਟ੍ਰਕਚਰ, ਫੈਸਿਲਿਟੀ ਕਹਿ ਲਓ ਸਾਰਾ, ਮਤਲਬ ਜਿੱਥੇ ਮਸ਼ੀਨਾਂ, ਡਾਕਟਰ, ਨਰਸਿਸ, ਪੈਰਾਮੈਡੀਕਲ ਸਟਾਫ, ICU ਗਿਣੇ ਚੁਣੇ ਹਸਪਤਾਲਾਂ ਦੇ ਵਿੱਚ ਹੈ ਔਰ ਉਹਨਾਂ ਨੂੰ ਮਾਨਤਾ ਪ੍ਰਾਪਤ ਨੇ। ਲੁਧਿਆਣੇ ਦੇ ਵੀ ਮੇਰਾ ਖਿਆਲ 3 ਜਾਂ 4 ਹਸਪਤਾਲ ਨੇ ਜਿੱਥੇ ਮਾਨਤਾ ਪ੍ਰਾਪਤ ਨੇ, ਜਲੰਧਰ 'ਚ ਕੁਛ ਸੈਂਟਰ ਨੇ, ਅੰਮ੍ਰਿਤਸਰ 'ਚ ਨੇ, ਬਾਕੀ ਸਾਰੇ ਪੰਜਾਬ ਦੇ ਵਿੱਚ ਤਾਂ ਹਰ ਸ਼ਹਿਰ ਦੇ ਵਿੱਚ ਵੀ ਇਹ ਮਾਨਤਾ ਪ੍ਰਾਪਤ ਸੈਂਟਰ ਹੈ ਨੇ। ਔਰ ਜੇ ਆਪਾਂ ਗੱਲ ਕਰੀਏ ਕਿ ਇਹ ਜਿਹੜਾ ਇਹ ਕੀਤਾ ਜਾ ਰਿਹਾ ਇਹਦੇ 'ਚ ਕੋਈ ਸੱਚਾਈ ਨਹੀਂ ਹੈ, ਲੋਕਾਂ ਨੇ ਰੌਲਾ ਅਫਵਾਹਾਂ ਬਹੁਤ ਫੈਲਾਈਆਂ, ਰੌਲਾ ਇਸ ਚੀਜ਼ ਦਾ ਪਵਾਇਆ ਜਾਣ ਕੇ ਸੋਸ਼ਲ ਮੀਡੀਆ 'ਤੇ, ਪਰ ਮੈਂ 100% ਨਾ ਕਹਿ ਸਕਦਾ ਵੀ ਇੱਕ ਵੀ ਪੁਖਤਾ ਸਬੂਤ ਨਹੀਂ ਇਸ ਗੱਲ ਦਾ ਉਹ ਦੇ ਸਕਦੇ ਵੀ ਇਹ ਅੰਗ ਕੱਢੇ ਗਏ ਜਾਂ ਅੰਗ ਕਿਸੇ ਹੋਰ 'ਚ ਪਾਏ ਗਏ। ਡਾਕਟਰ ਸਾਹਿਬ, ਇੱਕ ਅੰਗ ਕੱਢਣ ਦੇ ਲਈ ਪੂਰਾ ਸੈਟਅਪ ਚਾਹੀਦਾ ਨਾ, ਟੀਮ ਹੋਣੀ ਚਾਹੀਦੀ ਆ। ਆਮ ਤੌਰ 'ਤੇ ਬਣਿਆ ਕਿ ਜਿਵੇਂ ਲੋਕ ਕਹਿ ਰਹੇ ਕਿ ਇੱਕ ਡਾਕਟਰ ਆ ਉਹਨੇ ਅੰਗ ਕੱਢ ਲਏ, ਕੀ ਉਹ ਪੋਸੀਬਲ ਇੱਕ ਸਿੰਗਲ ਡਾਕਟਰ ਦੇ ਲਈ ਅੰਗ ਕੱਢਣਾ? ਇਹ ਬਿਲਕੁਲ ਵੀ ਪੋਸੀਬਲ ਨਹੀਂ ਹੈ ਜੀ। ਜਿਵੇਂ ਜਦੋਂ ਰੀਨਲ ਟਰਾਂਸਪਲਾਂਟ ਵੀ ਹੁੰਦਾ ਹੈ, ਕਿਡਨੀ ਦਾ ਜਿਹੜਾ ਟਰਾਂਸਪਲਾਂਟ ਕੀਤਾ ਜਾਂਦਾ ਹੈ, ਉਹਦੀ ਵੀ ਪ੍ਰੋਪਰ ਟੀਮ ਹੁੰਦੀ ਹੈ ਜਿਹਦੇ 'ਚ ਇੱਕ ਲੀਡ ਸਰਜਨ ਹੁੰਦਾ, ਨਾਲ ਉਹਦੇ ਅਸਿਸਟੈਂਟ ਸਰਜਨ ਹੁੰਦੇ ਨੇ। ਇਟ ਇਜ਼ ਨੋਟ ਅ ਵਨ ਮੈਨ ਜੋਬ, ਇਟ ਇਜ਼ ਨੋਟ ਪੋਸੀਬਲ ਟੂ ਬੀ ਡਨ। ਇਹ ਇੱਕ ਛੋਟੇ ਜਿਹੇ ਹਸਪਤਾਲ ਦੇ ਵਿੱਚ ਜਾਂ ਨਰਸਿੰਗ ਹੋਮ ਵਿੱਚ ਹੋਣਾ ਪੋਸੀਬਲ ਹੀ ਨਹੀਂ ਹੈ। ਸੋ ਇਹ ਬਿਲਕੁਲ ਹੀ ਬੇਪੁਖਤਾ, ਬੇਬੁਨਿਆਦ ਅਫਵਾਹਾਂ ਨੇ ਜਿਹੜੀਆਂ ਜਾਣ ਕੇ ਕੁਛ ਸ਼ਰਾਰਤੀ ਤੱਤਵਾਂ ਵੱਲੋਂ ਫੈਲਾਈਆਂ ਜਾ ਰਹੀਆਂ ਨੇ। ਡਾਕਟਰ ਸਾਹਿਬ, ਇਹਦੇ ਨਾਲ ਹੀ ਕਿ ਜਿਹੜਾ ਕੋਈ ਕਰੋਨਾ ਦਾ ਪੇਸ਼ੈਂਟ ਆ ਉਹਦੇ ਅੰਗ ਡੋਨੇਟ ਹੋ ਸਕਦੇ, ਇੱਕ ਵੱਡਾ ਸਵਾਲ ਹੈ ਵੀ ਲੋਕਾਂ ਦੇ ਮਨਾਂ 'ਚ ਹੁੰਦਾ ਨਾ ਕਿ ਕਰੋਨਾ ਦਾ ਪੇਸ਼ੈਂਟ ਉਹਦੇ ਅੰਗ ਕੱਢ ਲਏ, ਕੀ ਉਹ ਕੋਈ ਪੋਸੀਬਿਲਟੀ ਹੈਗੀ ਕਿ ਜਿਹਨੂੰ ਕਰੋਨਾ ਹੋਇਆ ਉਹਦਾ ਅੰਗ ਕੱਢਿਆ ਜਾ ਸਕਦਾ? ਇਹ ਬਹੁਤ ਹੀ ਤੁਹਾਡਾ ਸਿਆਣਾ ਮੈਸੇਜ ਹੈ ਜੀ। ਜਿਹੜੇ ਅਸੀਂ ਬ੍ਰੇਨ ਡੈੱਡ ਪੇਸ਼ੈਂਟ ਦਾ ਜਿਹੜਾ ਦਿਮਾਗ ਤੋਂ ਬੰਦਾ ਮਰ ਜਾਂਦਾ, ਹਾਰਟ ਚੱਲ ਰਿਹਾ ਹੁੰਦਾ, ਜਿਵੇਂ ਐਕਸੀਡੈਂਟ ਦੇ ਕਈ ਵਿਕਟਮ ਨੇ, ਤੁਸੀਂ ਸਾਊਥ ਦੀਆਂ ਵੀ ਕਹਾਣੀਆਂ ਸੁਣੀਆਂ, ਲੋਕ ਦਿਲ ਡੋਨੇਟ ਕਰ ਦਿੰਦੇ ਨੇ, ਲੋਕ ਕਿਡਨੀ ਡੋਨੇਟ ਕਰਦੇ ਨੇ, ਤਾਂ ਉਹਨਾਂ ਦੇ ਪਹਿਲਾਂ ਟੈਸਟ ਕੀਤੇ ਜਾਂਦੇ ਵੀ ਉਹਨਾਂ ਨੂੰ ਕੋਈ ਇਨਫੈਕਸ਼ਨ ਜਾਂ ਬਿਮਾਰੀ ਨਹੀਂ ਹੈ। ਜਿਸ ਮਰੀਜ਼ ਦੇ ਵਿੱਚ ਵਾਇਰਸ ਦੀ ਇਨਫੈਕਸ਼ਨ ਹੈ ਔਰ ਉਹਦੇ ਟੈਸਟ 'ਚ ਪ੍ਰੂਵ ਹੋ ਗਈ ਔਰ ਹਸਪਤਾਲ ਦਾਖਲ ਹੈ ਉਹਦੇ ਨਾਲ, ਉਹਦੀ ਜੇ ਡੈਥ ਵੀ ਹੁੰਦੀ ਹੈ ਤਾਂ ਉਹਦੇ ਅੰਗ ਕੱਢ ਕੇ ਕਿਸੇ ਹੋਰ ਦੇ ਨਹੀਂ ਪਾਏ ਜਾ ਸਕਦੇ। ਇਹ ਗੱਲ ਤੁਹਾਡੀ ਬਹੁਤ ਹੀ, ਤੁਹਾਡਾ ਸੁਜੈਸ਼ਨ ਜਿਹੜਾ ਹੈ ਇਨ ਦੀ ਫਾਰਮ ਆਫ ਕੁਸ਼ਚਨ ਬਹੁਤ ਸ਼ਲਾਘਾਯੋਗ ਹੈ ਔਰ ਇਹ ਚੀਜ਼ ਜਨਤਾ ਤੱਕ ਜ਼ਰੂਰ ਪਹੁੰਚਣੀ ਚਾਹੀਦੀ ਹੈ। ਡਾਕਟਰ ਸਾਹਿਬ, ਇੱਕ ਲੀਗਲ ਪ੍ਰੋਸੈਸ ਵੀ ਕੋਈ ਹੁੰਦਾ ਨਾ, ਉਹ ਲੀਗਲ ਪ੍ਰੋਸੈਸ ਕੀ ਹੈ ਜੇ ਅਸੀਂ ਕਿਸੇ ਦਾ ਅੰਗ ਟ੍ਰਾਂਸਫਰ ਕਰਨੇ ਹੋਣ ਨਾ? ਕਿਉਂਕਿ ਅਫਵਾਹ ਵਿੱਚ ਤਾਂ ਲੋਕ ਇੱਕ ਗੱਲ ਕਰ ਦਿੰਦੇ ਨੇ, ਕੋਈ ਵੀਡੀਓ ਬਣਾਤੀ, ਫਲਾਤੀ, ਲੋਕ ਉਹਨੂੰ ਸੱਚ ਮੰਨ ਲੈਂਦੇ ਨੇ, ਬਟ ਇਹ ਜਿਹੜਾ ਲੀਗਲ ਪ੍ਰੋਸੈਸ ਆ ਉਹਦੇ ਬਾਰੇ ਵੀ ਥੋੜ੍ਹਾ ਚਾਹੁੰਦਾ। ਇਹਦਾ ਜੀ ਲੀਗਲ ਪ੍ਰੋਸੈਸ ਬਹੁਤ ਸਟਰੋਂਗ ਔਰ ਬੜਾ ਵਧੀਆ ਹੈ। ਇਹਦੇ ਵਿੱਚ ਪਹਿਲਾਂ ਲੋਕਾਂ ਨੂੰ ਆਪਣਾ ਡੋਨਰ ਰਿਸ਼ਤੇਦਾਰ ਹੋਣਾ ਪੈਂਦਾ ਹੈ, ਫਿਰ ਉਹ ਇੱਕ ਐਪਲੀਕੇਸ਼ਨ ਸਬਮਿਟ ਕੀਤੀ ਜਾਂਦੀ ਹੈ, ਉਹਦੇ 'ਚ ਪੂਰੇ ਐਫੀਡੈਵਿਟ ਲੱਗਦੇ ਨੇ, ਉਹਦੇ 'ਚ ਪੁਲਿਸ ਦੀ ਰਿਪੋਰਟ ਹੁੰਦੀ ਹੈ ਕਿ ਵਾਕਈ ਇਹ ਦੋਨੋਂ ਬੰਦੇ ਰਿਸ਼ਤੇਦਾਰ ਨੇ, ਜਿਹੜਾ ਲੈਣ ਵਾਲਾ ਅਤੇ ਜਿਹੜਾ ਦੇਣ ਵਾਲਾ। ਉਹਦੀ ਪੁਲਿਸ ਰਿਪੋਰਟ ਹੋਣ ਤੋਂ ਬਾਅਦ ਇੱਕ ਔਰਗਨ ਟ੍ਰਾਂਸਪਲਾਂਟੇਸ਼ਨ ਕਮੇਟੀ ਹੈ ਜਿਹਦੇ ਕੋਲ ਉਹ ਐਪਲੀਕੇਸ਼ਨ ਫਾਰਵਰਡ ਕੀਤੀ ਜਾਂਦੀ ਹੈ। ਜਦੋਂ ਐਪਲੀਕੇਸ਼ਨ ਉਹ ਟ੍ਰਾਂਸਪਲਾਂਟ ਕਮੇਟੀ ਉਹਨੂੰ ਯੈਸ ਕਰਦੀ ਹੈ, ਜਿਹਦੇ 'ਚ ਇੱਕ ਵਕੀਲ ਹੁੰਦਾ, ਸਿਵਲ ਸਰਜਨ ਦਫ਼ਤਰ ਦਾ ਨੁਮਾਇੰਦਾ ਹੁੰਦਾ, ਹੋਰ ਪੂਰੀ ਉਹਦੀ ਮਤਲਬ ਐਜ਼ ਪਰ ਕੌਨਸਟੀਟਿਊਸ਼ਨ ਉਹਦੀ ਇੱਕ ਐਕਟ ਹੈਗਾ ਜਿਹਦੇ ਅਧੀਨ ਉਹ ਕਮੇਟੀ ਬਣਾਈ ਜਾਂਦੀ ਹੈ।
फिर वो दोनों के टैसट हो के टैसट जो आपस मैच करते हैं तो वह डोनर अपरूव हों इन्ना सौखा काम नहीं है और इनू टाइम भी लगता है। ये असं ये चाहते कि तुम लोगों ना हस्पताल जो असलीयत वो दसो लुधियाने के सब तो व्डे हस्पता जुड़े हुए हो किमें तो उ माहौल है किमें तुम काम कर रहे हो करोना के हम थोड़े वर्क प्रैशर बहुत बढ़ गया ड्यूटी आवर्स बढ़ गए ने किमें कम देखो जी इस तरह है साढ़े हस्पताल पंजाब का सब तो व्डा हस्पताल है एज पर द डायरेक्शन ऑफ द गवर्नमेंट जिन्हें बैड गवर्नमेंट ने कहा कि उन्हें दयानंद ने साड़ी मैनेजिंग सोसाइटी ने उन्हें बैड सैपरेट किए ने फॉर करोना केयर वो लैवल टू तो लैवल थ्री बैड्स ने वो साढ़े जिड़ी एडमिनिस्ट्रेटिव कमेटी है उन्होंने पूरा देख रेख करके उन्होंने रन कर रही है जिहड़े लोगों को उत्थे ज़्यादा लोड़ हुंदी है सारे उत्थे उन्हों का इलाज किया जाता है ये एक पासे हो गया। हॉस्पिटल की साड़ी वर्किंग काफ़ी इस टाइम तो इफेक्टेड है फॉर द रीज़न कि एक तो मरीजों का भी जोड़ा आना घट गया जोड़े दूजे मरीज ने करोना छड़ के क्योंकि एक लोगों के मन च डर है भी इतने करोना का पेशेंट है जबकि साढ़े हस्पताल के पूरी सेफ्टी लैके जोड़ा एक आम मरीज किसी भी होर इलाज लिए आता है वो पूरी सेफ्टी का ध्यान रख्या जाता है कोरीडोरस अलग ने वार्ड अलग ने बिल्कुल भी उन्हों का कोविड वाले मरीज के नाल करोना के मरीज न कोई भी आपस मिकसिंग अप नहीं होंगी कितने भी हवा की भी मिकसिंग अप नहीं होने देंगे इन्ना वधिया इंतजाम साड़ी मैनेजमेंट ने कराया पूरा करके कोरीडोर सील करा के जिहड़े करोना केयर दे विच इनवॉल्व ने सारे बंदे अफकोर्स वो बहुत ज़्यादा काम लगे हुए ने उन्हां दे बड़े लंबे वर्किंग आवर्स ने एंड दे आर वेरी डूइंग वेरी वैल वो अपने वालों सारे पूरी कोशिश कर रहे हैं भी जिन्नियां जाना बचाइया जा सकन उन्नियां जरूर बचा। सब एक परसनल क्वेश्चन करोना के चलते परिवार को कितना टाइम दे पाने जे मैं सच पुछो जी मैं ऑर्थोपेडिक सर्जन हाँ तो मेरा अपने परिवार ना टाइम वध गया करोना के दौरान वो दो कारण ने साडा ऑर्थोपेडिक्स का बिकॉज जो लॉकडाउन लग्या सड़कां खाली सी तो एक्सीडेंट भी नहीं हुए दूजा अज की डेट क्योंकि करोना का इन्ना ज़्यादा इफेक्ट सी जिहड़ी साडी इलैक्टिव सर्जरी हुंदी है जिन्हों मतलब मरीज अपनी मर्जी नाल आके करांदा जिवें गोडे बदलन दी कूले बदलन दी है उहदा नंबर थल्ले चले गया उहदा रीज़न है कुछ लोगों नूं फाइनैंशियल हार्डशिप है कुछ लोगों के मन च डर है भी हजे करोना दे ड्यूरिंग असी हस्पताल ना जाइए तो ज़्यादा अच्छा है। जे हुण गल आ गई है हड्डियां ते करोना दा जिहड़ा हड्डियां ते असर पैंदा उह किन्ना कु पैंदा कुछ मार करदा हड्डियां ते ये जी हजे इहदी तां बाद च पूरे पुख्ता सबूत तां बाद च मिलणगे पर ये जरूर देखिया गया जिहड़े पेशेंट करोना तो ठीक हो के घर जा रहे हैं वो बाद च साडे कोल आंदे ने कि डॉक्टर साहब जोड़ां दी ते मांसपेशियां दी दर्द बहुत ज़्यादा है तो ये जदों आपां सरकार दा भी जिहड़ा गाइडलाइन है जे आपां उहनूं चैक करिए तो सरकार भी कहिंदी है सारे मरीज़ां नूं भी तुसीं वाइटमिन सी जिंक की गोली तो वाइटमिन डी जिहड़ा हैगा हर हफ्ते 60,000 यूनिट जरूर लो। सो जे तुसीं ये करते रहने ये मैं नहीं कहता यदा प्रभाव खत्म हो जूगा पर घट जाता है क्योंकि जोड़े पेशेंट साढ़े को आते असी भी उन्होंने यही इलाज कर रहे हैं जिन्हों ज़्यादा दर्द है फिर दर्द की गोली देनी पैंती है। डॉक्टर साहब एक लोगों से होर बहुत डर है पैनिक चीज़ इसने कि हस्पताल सू लेके जाते कोई प्रॉब्लम नहीं तो जकदम मरीज की डैथ होगी लोग बहुत डरे हुए हैं इस चीज़ में भी लैके। देखो जी इस तरह बड़ी बारी ना यदा मैं तुम्हें एको एग्जाम्पल दे सकता है भी जो आप दुध उबाल रहे होंने तो आप कहने दुध एकदम ही गिर गया दुध एकदम नहीं गिरता उबल रहा हों बड़ी बारी मरीज की तबीयत खराब होंगी है बाहरों नज़र नहीं आ रही होंगी जिहड़ा बंदा मैं यदा एको ही गल कहूँगा भी जिहड़ा बंदा हस्पताल वालों जा रहा है वह क्यों जा रहा जी वो बिल्कुल ठीक सी तो हस्पताल करन की गया सी मतलब घरदियां नूं पता सी भी वह मरीज़ की तबीयत ठीक नहीं ताही उन्हूं हस्पताल वाल लैके जा रहे सी पर बड़ी बारी आप प्रॉब्लम नूं अंडर एसटीमेट कर जाने आपां लगता होंदा मरीज़ बिल्कुल ठीक है जबकि अंदरूनी नुक्स चल रहा होंदा तो करोना जिहड़ी है अंदरों अंदरों सोजिश वधांदी है शरीर की ये बहुत थोड़े मरीज़ों च देखा गया है भी जिहड़े तुर के अंदर गए या बिल्कुल होश च गए और उस तो बाद तबीयत खराब हो गई इन्हां बारे जिहड़ा साडे स्पैशलिस्ट ने वो शायद इहदे बारे ज़्यादा दस पाणगे पर मेरी जो नॉलेज के हिसाब नाल वो इसी करके है क्योंकि जो अंदरूनी चल रहा होंदा वो बाहर पहला नज़र नहीं आता जब तक वो नज़र आता हालत बहुत लेट हो चुकी होंदी है। सब एक पंजाब के पिंड ने ज़्यादातर पिंड ने एका कर लिया वो टैसट नहीं करवा रहे है कोई मरीजों का करोना का असं पिंड रखा वो कि सही है। देखो जी ये सारी सरकार की जिहड़ी एफर्ट है इन्ना वधिया सरकार इनू मैनेज कर रही है साड़ी पंजाब सरकार भी केंद्र सरकार भी बहुत जोर लगा रही है वो सारी एफर्ट्स नू निगेट करन दा एक तरीका है जे साडे पिंड वाले भरा साडा साथ नहीं देणगे
ਤਾਂ ਅਸੀਂ ਇਹ ਮੁਹਿੰਮ ਦੇ ਵਿੱਚ ਫੇਲ ਹੋ ਜਾਵਾਂਗੇ ਔਰ ਮਹਾਮਾਰੀ ਜ਼ਿਆਦਾ ਦੇਰ ਤੱਕ ਚੱਲੇਗੀ ਔਰ ਜ਼ਿਆਦਾ ਨੁਕਸਾਨ ਕਰੇਗੀ ਸਾਡਾ। ਲਾਸਟ 'ਤੇ ਤੁਸੀਂ ਆਮ ਲੋਕਾਂ ਨੂੰ ਜਾਂ ਸਾਡੇ ਦਰਸ਼ਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਕਰੋਨਾ ਦੇ ਰਿਕਾਰਡਿੰਗ? ਮੇਰਾ ਲਾਸਟ 'ਚ ਇੱਕੋ ਹੀ ਮੈਸੇਜ ਹੋਏਗਾ ਜੀ, ਆਪਣਾ ਦੂਰੀ ਬਣਾ ਕੇ ਰੱਖੋ, ਕਿਸੇ ਵੀ ਬੰਦੇ ਤੋਂ 6 ਫੁੱਟ ਦੀ ਦੂਰੀ ਜ਼ਰੂਰ ਹੋਵੇ ਤੁਹਾਡੀ। ਜਦੋਂ ਵੀ ਘਰੋਂ ਬਾਹਰ ਨਿਕਲਣਾ ਮਾਸਕ ਪਾ ਕੇ ਰੱਖੋ, ਮਾਸਕ ਤੋਂ ਬਿਨਾਂ ਘਰੋਂ ਬਾਹਰ ਨਹੀਂ ਜਾਣਾ। ਜੇ ਤੁਹਾਡੇ ਘਰ ਕੋਈ ਬਾਹਰਲਾ ਵੀ ਬੰਦਾ ਆਉਂਦਾ ਤਾਂ ਮਾਸਕ ਪਾ ਕੇ ਉਸਨੂੰ ਮਿਲੋ, ਉਹਦੇ ਵੀ ਮਾਸਕ ਪਾਏ ਹੋਣ 'ਤੇ ਜ਼ੋਰ ਦਿਓ, ਔਰ ਜੇ ਤੁਹਾਨੂੰ ਜ਼ਰੂਰਤ ਨਹੀਂ ਹੈ ਤਾਂ ਘਰੋਂ ਬਾਹਰ ਨਾ ਜਾਓ, ਔਰ ਜਿੱਥੇ ਭੀੜ ਭੜੱਕਾ ਉੱਥੇ ਬਿਲਕੁਲ ਨਹੀਂ ਜਾਣਾ, ਔਰ ਜਿੰਨੀ ਵਾਰੀ ਪੋਸੀਬਲ ਹੈ ਹੱਥ ਧੋਵੋ ਤਾਂ ਕਿ ਤੁਹਾਡੇ ਹੱਥਾਂ ਤੋਂ ਇਨਫੈਕਸ਼ਨ ਤੁਹਾਡੇ ਸਰੀਰ 'ਚ ਨਾ ਜਾ ਸਕੇ। ਇਹਦੇ ਵਿੱਚ ਜਿਵੇਂ ਸੜਕਾਂ 'ਤੇ ਲਿਖਿਆ ਹੁੰਦਾ, ਬਚਾਅ ਵਿੱਚ ਹੀ ਬਚਾਅ ਹੈ, ਕਿਉਂਕਿ ਇਹਦਾ ਇਲਾਜ ਕੋਈ ਨਹੀਂ ਹੈ। ਸ਼ੁਕਰੀਆ ਡਾਕਟਰ ਸਾਹਿਬ। ਸੋ ਇਹ ਸਨ ਡਾਕਟਰ ਹਰਪਾਲ ਸਿੰਘ ਜੀ, ਜਿਨ੍ਹਾਂ ਨੇ ਸਾਫ਼ ਸਾਫ਼ ਦੱਸਿਆ ਕਿ ਅਫਵਾਹਾਂ ਤੋਂ ਨਾ ਬਚੋ, ਪ੍ਰੋਪਰ ਡਾਕਟਰੀ ਸਲਾਹ ਲਓ ਤਾਂ ਜੋ ਕਰੋਨਾ ਵਰਗੀ ਨਾਮਰਾਮ ਬਿਮਾਰੀ 'ਤੇ ਕਾਬੂ ਪਾਇਆ ਜਾ ਸਕੇ, ਇਸ ਤੋਂ ਬਚਿਆ ਜਾ ਸਕੇ। ਲੁਧਿਆਣਾ ਤੋਂ ਕੈਮਰਾ ਪਰਸਨ ਸਤਵੀਰ ਜੱਗਾ ਦੇ ਨਾਲ ਰਵੀ ਜਾਖੂ।